ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਕਲਾਂ, ਤਹਿਸੀਲ ਅਤੇ ਜ਼ਿਲ੍ਹਾ ਜਿਹੜਾ ਦੋਸਤੋ ਮੋਗਾ ਲੱਗਦਾ ਹੈਗਾ। ਤਲਵੰਡੀ ਭਾਈ ਤੋਂ 2 ਕੁ ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਚੋਟੀਆਂ ਦੀ। ਕਾਲੀ ਵਾਲਾ ਪਿੰਡ ਬਿਲਕੁਲ ਨਜ਼ਦੀਕ ਆ, ਠੀਕ ਹੈ ਜੀ, ਅਤੇ ਮੇਸਰੀ ਸੰਧੂਆਂ ਪਿੰਡ ਬਿਲਕੁਲ ਲਾਗੇ ਆ। ਅਤੇ ਜਿਸ ਘਰ ਤੋਂ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ, ਆ ਵੀਰ ਮਨਜਿੰਦਰ ਦੇ ਘਰ ਆਏ ਹਾਂ ਦੋਸਤੋ, ਅਤੇ ਪਹਿਲਾਂ ਵੀ ਆਪਾਂ ਜਿਹੜੀਆਂ ਕਾਫੀ ਵੀਡੀਓ ਆ ਇਸ ਘਰੋਂ ਅਪਲੋਡ ਕੀਤੀਆਂ ਨੇ। ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 3 ਤਾਂ ਬਿਲਕੁਲ ਮੱਝਾਂ ਝੋਟੀਆਂ ਦਿਖਾ ਦਾਂਗੇ, 1 ਲਾਸਟ ਦੇ ਵਿੱਚ ਤੁਹਾਨੂੰ ਵੈੜ ਦਿਖਾਵਾਂਗੇ, ਬਿਲਕੁਲ ਗੱਭਣ ਵੈੜ ਤਿਆਰੀ ਦੇ ਵਿੱਚ, ਅਤੇ ਰੇਟ ਭਾਅ ਪੜਤਾ ਹਰ ਇੱਕ ਗੱਲਬਾਤ ਪੂਰੀ ਜਾਣਕਾਰੀ ਜਿਹੜੀ ਆ ਉਹ ਵੀਰ ਮਨਜਿੰਦਰ ਤੋਂ ਆਪਾਂ ਲੈ ਲਾਂਗੇ, ਠੀਕ ਆ। ਅਤੇ ਅੱਜ ਦੋਸਤੋ 2 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤਕਰੀਬਨ ਕੋਈ ਸ਼ਾਮ ਦਾ 3 ਕੁ ਵਜੇ ਦਾ ਹੈਗਾ। ਕਰਦੇ ਹਾਂ ਗੱਲਬਾਤ, ਪੂਰੀ ਇਨਫੋਰਮੇਸ਼ਨ ਲੈਂਦੇ ਹਾਂ, ਪੁੱਛਦੇ ਹਾਂ ਵੀ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ। ਅਤੇ ਇੱਕ ਜਿਹੜੀ ਦੋਸਤੋ ਜ਼ਰੂਰੀ ਬੇਨਤੀ ਇਹ ਵੀ ਹੈਗੀ ਆ ਵੀ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ 'ਤੇ ਪਸੰਦ ਆਊਗਾ, ਠੀਕ ਆ ਜੀ, ਉਹਦੀ ਚੁਬਾਈ ਆ, ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ 1 ਟਾਈਮ 2 ਟਾਈਮ, ਠੀਕ ਆ। ਜਿਹੜਾ ਪਸ਼ੂ ਸੂਣ ਵਾਲਾ ਉਹਨੂੰ ਤਿੱਪ ਕੇ ਤਸੱਲੀ ਕਰ ਲਿਓ। ਆਓ ਕਰਦੇ ਹਾਂ ਗੱਲਬਾਤ ਬਾਈ ਮਨਜਿੰਦਰ ਦੇ ਨਾਲ। ਹਾਂਜੀ ਵੀਰੇ ਮਨਜਿੰਦਰ, ਕੀ ਹਾਲ ਚਾਲ? ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ। ਹੋਰ ਸੁਣਾਓ ਸਿਹਤਾ? ਬਹੁਤ ਵਧੀਆ। ਤੇ ਪਹਿਲਾਂ ਤਾਂ ਤੈਨੂੰ ਮੁਬਾਰਕਾਂ ਹੁਣ ਭਰਾ, ਤੁਹਾਨੂੰ ਵਾਲੀਆਂ ਵਾਲੀਆਂ ਜੀ, ਹੈਂ, ਵਾਹਿਗੁਰੂ ਨੇ ਕਿਰਪਾ ਕੀਤੀ ਆ, ਪੁੱਤ ਦੀ ਦਾਤ ਦਿੱਤੀ ਤੁਹਾਨੂੰ। ਹਾਂਜੀ ਬਾਈ, ਤੇ ਬਹੁਤ ਬਹੁਤ ਮੁਬਾਰਕਾਂ ਵੀਰ ਪਹਿਲਾਂ ਤੈਨੂੰ। ਹਾਂਜੀ। ਤੇ ਮਰਜਿੰਦਰ ਵੀਰੇ, ਪਸ਼ੂ ਅੱਜ ਕਿੰਨੇ ਪਕਾਊਗਾ? 4 ਜਾਨਵਰ ਆ ਜੀ। 4 ਜਾਨਵਰ ਆ? ਹਾਂਜੀ। ਤੇ ਮੱਝਾਂ ਝੁੱਟੀਆਂ ਜੀ? ਹਾਂ, 3 ਮੱਝਾਂ ਤੇ 1 ਗਾਂ। 1 ਗਾਂ, 1 ਗਾਂ। ਸੂਈਆਂ ਸਵਾਈਆਂ ਸਾਰੀਆਂ? 2 ਸੂਈਆਂ ਤੇ 2 ਗੱਭਣਾ ਜੀ। 2 ਗੱਭਣਾ, ਹਾਂਜੀ। ਤੇ ਕਰ ਲਈਏ ਸ਼ੁਰੂਆਤ, ਪਹਿਲੇ ਨੰਬਰ ਦਾ ਨੀਲੀ ਰਾਵੀ ਦੀ ਝੋਟੀ ਤੋਂ ਆ ਜਾਓ। ਹਾਂਜੀ। ਇਹ ਬਾਈ ਇਹਨੂੰ ਆਈ ਨੂੰ ਅਸੀਂ 2 ਘੰਟੇ ਹੋਏ ਆ ਜੀ। ਹੂੰ, ਹੁਣੇ ਆਈ ਆ, ਖਾਸ ਫਿਰੋਜ਼ਪੁਰੋਂ ਆਈ ਆ। ਹੂੰ, ਲੋਕੇਸ਼ਨ ਸੈਂਡ ਕਰ ਦਾਂਗੇ, ਘਰ ਦਾ ਐਡਰੈਸ ਵੀ ਦੇ ਦਾਂਗੇ ਜਿਹਦੇ ਘਰੋਂ ਆਈ ਆ। ਹੂੰ, ਬੱਚਾ ਮਰਿਆ ਮੂਰਾ ਉਹਨਾਂ ਨੇ ਬਣਾਇਆ ਜੀ। 10 ਕਿਲੋ ਦੁੱਧ ਦੱਸਦੇ ਆਪਾਂ 9 ਕਿਲੋ ਕਵਾਂਗੇ, ਠੀਕ ਆ ਜੀ। ਤੇ ਚਵਾਈ ਚੁਈ ਚ ਮੈਂ ਕਿਹਾ ਕਿਆ ਬਾਤਾਂ ਜੀ, ਇੱਦਾਂ ਹੁਣ 2 ਘੰਟੇ ਆਈ ਆ ਇਹ ਝੋਟੀ, ਮੂੰਹ ਨਹੀਂ ਕੱਢਦੀ ਬੈਠਿਆ ਜੋ, ਤੈਨੂੰ ਕੋਈ ਪਰਵਾਹ ਨਹੀਂ ਜੀ। ਠੰਡੀ ਚੀਜ਼ ਹੈ, ਧਾਰ ਤੇ ਆਊਗੀ। ਹੂੰ, ਧਾਰ ਤੋਂ ਰਹਿ ਪੋਲੀ ਰੀਜਨਲ, ਠੀਕ ਹੈ। 10 ਕਿਲੋ ਦੁੱਧ ਖੁੱਲਾ ਹੋਊਗਾ ਜੀ, ਆਪਾਂ 9 ਕਹਿ ਕੇ ਦੇਵਾਂਗੇ। ਹੂੰ, ਹਾਂ, ਮਤਲਬ ਕਿ ਸੂਆ ਪਹਿਲਾਂ ਨਹੀਂ ਹੈ, ਪਹਿਲਾ ਦੂਜਾ ਹੋਊਗਾ ਜੀ। ਦੂਜਾ ਹੀ ਮੰਨ ਸਕਦੇ, ਪਹਿਲਾ ਦੂਜਾ, ਕੁਛ ਨਹੀਂ ਕਹਿ ਸਕਦੇ, ਠੀਕ ਆ। ਤੇ ਸਮਾਂ ਵੈਸੇ ਕਿੰਨਾ ਕੁ ਦੱਸਿਆ ਇੱਕ ਵਾਰੀ? ਸਮਾਂ ਸੂਈ ਨੂੰ ਬਾ 16-17 ਦਿਨ ਹੋ ਗਏ ਇਹਨੂੰ। 16-17 ਦਿਨ, ਹਾਂ। ਤੇ ਹੁਣ ਮਤਲਬ ਕਿ 9 ਕਿਲੋ ਕੋਈ ਵੀਰ ਚੋਲੇ ਆ ਗਏ? ਕੋਈ ਵੀ, ਜਦੋਂ ਮਰਜ਼ੀ, ਠੀਕ ਆ। 3 ਟਾਈਮ 4 ਟਾਈਮ ਜਦੋਂ ਮਰਜ਼ੀ, ਬਾਕੀ ਮੈਂ ਸ਼ਾਮ ਨੂੰ ਦੱਸ ਵੀ ਦਊਂਗਾ, ਸ਼ਾਮ ਨੂੰ ਚੁਆਈ ਹੋਵੇਗੀ, ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਮਤਲਬ ਕਿ ਪਹਾੜਾ ਵੰਡਾ ਪਾ ਕੇ, ਤੇ ਪਹਾੜਾ ਪਾ ਕੇ ਮੂਰਾ ਹੈਗਾ ਜੀ ਦਾ? ਅੱਛਾ ਜੀ। ਉਹ ਮੂਰੇ ਰੱਖ ਜਾ, ਸੰਘਾ ਕੇ ਜੀ ਮਾੜਾ ਜਿਹਾ ਤੈਨੂੰ ਚੋਲੋ, ਠੀਕ ਹੈ, ਠੀਕ ਹੈ। ਤੇ ਉਹ ਜਿਹੜਾ ਦੋਸਤੋ ਬਿਲਕੁਲ ਅੱਗੇ ਜਿਹੜਾ ਇੱਕ ਆਰਟੀਫਿਸ਼ੀਅਲ ਬਣਾਇਆ ਹੈਗਾ, ਠੀਕ ਆ, ਉਸੇ ਬੱਚੇ ਦਾ, ਤੇ ਉਹ ਤੇ ਬੂਸ਼ੀ ਦੇ ਜਿਹੜਾ ਦੋਸਤੋ ਇਹ ਮਿਲਦੀ ਆ, ਠੀਕ ਆ, ਉਹ ਸਾਹਮਣੇ ਰੱਖ ਕੇ ਵੀ ਜਾਂਦਾ ਵੀ ਜਿਹੜਾ ਪਸਮਾ ਹੁੰਦਾ ਤੇ ਮਿਲਦੀ ਆ। ਇੱਕ ਵਾਰੀ ਜਿਹੜੇ ਥਣ ਤੁਹਾਨੂੰ ਮੈਂ ਤੁਹਾਨੂੰ ਆਹ ਦਿਖਾ ਦਿੰਦਾ, ਠੀਕ ਆ ਜੀ, ਆਹ ਦੇਖੋ, ਠੀਕ ਆ ਜੀ, ਆਹ ਥਾਣਾ ਝੋਟੀ ਦੇ, ਤੇ ਬਿਲਕੁਲ ਜਿਹੜਾ ਮੁੱਠੀ ਵਾਲਾ ਥਾਣਾ, ਠੀਕ ਆ। ਤੇ ਮਾਰਕਿੰਗ ਜੇਕਰ ਆਪਾਂ ਗੱਲ ਕਰੀਏ ਤੇ ਮਾਰਕਿੰਗ ਤੁਸੀਂ ਆਹ ਵੇਖ ਸਕਦੇ ਹੋ, ਪੈਰਾਂ ਤੇ 4 ਪੈਰੇ ਜਿਹੜੇ ਪੈਰ ਨੇ ਧੋਤੇ ਨੇ, ਠੀਕ ਆ, ਤੇ ਮੱਥਾ ਜਿਹੜਾ ਬੱਲਾ ਹੈਗਾ, ਅੱਖਾਂ ਬਿੱਲੀਆਂ ਨੇ, ਤੇ ਬੱਗੀ ਨਾਸ, ਠੀਕ ਆ। ਖੋਲ੍ਹ ਕੇ ਆਪਾਂ ਤੋੜ ਕੇ ਦਿਖਾ ਦਿੰਦੇ ਤੁਹਾਨੂੰ, ਆਹ ਕਰੋ ਚੈੱਕ ਜੀ, ਠੀਕ ਆ, ਕੱਦ ਕਾਠ ਹੀ ਸੋਹਣਾ ਹੈ ਝੋਟੀ ਦਾ। ਅਤੇ ਪਹਿਲੇ ਸੂਬੇ ਤੁਸੀਂ ਦੂਜੇ ਸੂਬੇ ਜਿਹੜੀ ਮੰਨ ਕੇ ਮਤਲਬ ਕਿ ਸੌਦਾ ਕਰ ਸਕਦੇ ਹੋ, ਠੀਕ ਆ ਜੀ। ਬਾਕੀ ਸਿੰਗੀ ਸੁੰਗੀ ਬੜੀ ਛੋਟੀ ਆ, ਅਤੇ ਪਹਿਲੇ ਸੂਬੇ ਦੇ ਵਿੱਚ ਵੀ ਆਪਾਂ ਜੇਕਰ ਕਹੀਏ ਤਾਂ ਮੰਨਣਯੋਗਾ, ਪਰ ਜਿਹੜਾ ਦੂਜਾ ਸੂਬਾ ਹੋ ਸਕਦਾ, ਠੀਕ ਆ ਜੀ।
ਦੁੱਧ 13 ਕਿਲੋ ਸੀ, ਬੱਚਾ ਮਾਰਨੇ ਥੋੜਾ ਦੁੱਧ ਟੁੱਟੀ ਹੋ ਕਿੰਨੇ? ਅੱਛਾ ਜੀ, ਹਾਂ ਬੱਚਾ ਮਾਰਨੇ ਟੁੱਟੀ ਆ, ਦੁੱਧ 13 ਕਿਲੋ ਪੂਰਾ ਸੀਗਾ, 13 ਕਿਲੋ ਸੀ। ਹਾਂਜੀ ਠੀਕ ਹੈ। ਤਾਂ ਮੁੱਲ ਭਾਈ ਮਨਜਿੰਦਰ ਕਿੰਨੇ ਕੁ ਝੋਟੀ ਦੇ ਦੇਣੀ ਆ? ਮੁੱਲ ਜਾਇਜ਼ ਦਾ ਮੁੱਲ 70 ਆ, ਦੇ ਦਾਂਗੇ 65 ਦੇ ਜੀ। 65 ਦੇ? ਹਾਂਜੀ। ਤੇ ਜੇ ਆਪਾਂ ਗਲਤ ਕੰਮ ਕਰਨਾ ਬਾਬੇ ਦਾ ਦਿੱਤਾ ਬਹੁਤ ਕੁਛ ਆ ਜੀ, ਬੱਚਾ ਖੜਾ ਕੇ ਇੱਥੇ ਜਿੰਨੇ ਦੀ ਮਰਜ਼ੀ ਵੇਚ ਲਾਂ। ਠੀਕ ਆ, ਪਰ ਆਪਾਂ ਗਲਤ ਕੰਮ ਨਹੀਂ ਕਰਨਾ। ਬਿਲਕੁਲ, ਬੱਚਾ ਦੋਸਤੋ ਨਹੀਂ ਹੈਗਾ ਗਾ। ਠੀਕ ਆ, ਇਹ ਤੁਸੀਂ ਵੀ ਜਿਹੜਾ ਵੀਡੀਓ ਦੇ ਵਿੱਚ ਦੇਖ ਲਿਆ ਅਤੇ ਦੱਸ ਵੀ ਦਿੱਤਾ, ਅਤੇ ਬਾਕੀ ਝੋਟੀ ਆ ਬਿਲਕੁ�ਲ ਨਵੀਂ ਝੋਟੀ ਆ, ਵੀ ਇੱਕ ਜਿਹੜਾ ਵੀਰ ਲੈ ਕੇ ਜਾਊਗਾ ਤਕਰੀਬਨ ਕੋਈ 2-3 ਸੂਹੇ ਤੁਸੀਂ ਪੀਓਗੇ ਵਧੀਆ, ਅਤੇ ਬਿਲਕੁਲ ਧਰਤੀ ਨਾਲ ਟੱਚ ਕਰਦੀ ਪੂਛ। ਠੀਕ ਆ, ਸੀਲ ਸਾਊ ਪੂਣਾ ਵੇਖੋ ਝੋਟੀ ਦੇ ਵਿੱਚ, ਆਹ ਵੇਖੋ। ਠੀਕ ਆ, ਅਤੇ ਰੇਟ ਭਾਪੜ ਤਾਂ ਵੀ ਬਿਲਕੁਲ ਜਾਇਜ਼ ਹੀ ਆ, ਤੁਸੀਂ ਜਿਹੜਾ ਕੰਟੈਕਟ ਕਰ ਲਿਓ। ਇਸ ਤੋਂ ਬਾਅਦ ਭਾਈ ਮਨਜਿੰਦਰ ਅਗਲੀ ਮੱਝ? ਹਾਂਜੀ, ਇਹ 2 ਨੰਬਰ ਦੇ ਤਲਵੰਡੀ ਭਾਈ ਦੋ ਆਪਣੇ ਰਿਸ਼ਤੇਦਾਰੀ ਚੋਂ ਜੀ। ਅੱਛਾ ਜੀ, ਇੱਕਦਮ ਰਿਸ਼ਤੇਦਾਰੀ ਖਾਸ ਰਿਸ਼ਤੇਦਾਰੀ ਚੋਂ ਆਈ ਆ। ਅੱਛਾ ਜੀ, ਠੀਕ ਆ। ਸੂਆ ਹੋਣਾ ਵੀ 5ਵਾਂ ਹੋ ਸਕਦੀ 6ਵਾਂ ਵੀ, ਕੋਈ ਗਾਰੰਟੀ ਨਹੀਂ ਐਵੇਂ ਤੁਹਾਨੂੰ ਕਹਿ ਦਈਏ, ਨਹੀਂ ਤਾਂ ਵਪਾਰੀ ਕਹਿੰਦਾ 4 ਸੂਏ ਤੋਂ ਬਾਅਦ ਆਉਂਦੇ ਨੀਗੇ, ਇਹ ਹੋ ਸਕਦਾ 7ਵਾਂ ਹੋਵੇ ਤੇ 7ਵਾਂ ਵੀ ਹੋਵੇ ਜੀ। ਠੀਕ ਆ, ਤੇ ਦੁੱਧ ਦੀ ਇੰਨੀ ਗਾਰੰਟੀ, ਬੰਦਾ ਕੋਈ ਖਾਸ ਹੋਵੇ ਤੁਹਾਨੂੰ ਇਹ ਜ਼ਿੰਮੇਵਾਰੀ ਪਾ ਕੇ ਤੁਹਾਨੂੰ ਪੈਸੇ ਫੜਾ ਦੇਵੇ, 15 ਕਿਲੋ ਦੁੱਧ ਤੋਂ 100 ਗ੍ਰਾਮ ਘਟੂਗੀ ਤੇ ਮੱਝ ਆਪਾਂ ਵਾਪਸ ਲਵਾਂਗੇ। ਸੂਬਾ ਕੋਈ 5ਵਾਂ ਮੰਨ ਲੇ, ਚਾਹੇ ਮੰਨ ਲੇ 6ਵਾਂ ਚਾਹੇ 4ਵਾਂ, ਹਨਾ ਇਹਦੇ ਦੂਰ ਨੀ, ਜਿਆਦਾ ਨੀ, 1000 ਰੁਪਇਆ ਸਾਈ ਪਾਵੇ ਬੰਦਾ ਤੇ ਮੈਂ ਸਵਾ ਕੇ ਦੇ ਦੂੰ, ਦੁੱਧ ਚੁਆ ਕੇ ਦੇ ਦਾਂਗੇ, ਇੰਨੀ ਗਰੰਟੀ ਹੋ ਗਈ, ਪਰ ਬੰਦਾ ਭੱਜੇ ਨਾ, ਮੁੱਕਰੇ ਨਾ ਮੁੜ ਕੇ। ਤੇ ਮਤਲਬ ਕਿ ਦਿਨ ਹਜੇ ਜਿਵੇਂ ਹਜੇ 7ਵਾਂ, ਅੱਜ 2 ਤਰੀਕ ਹੈ ਜੀ, 7 ਤਰੀਕ ਨੂੰ ਦਿਨ ਪੂਰੇ ਆ ਜਾਵਾਂ, 7 ਤਰੀਕ ਨੂੰ ਆ ਇਸੇ 7 ਨੂੰ। ਤੇ ਮਨਜਿੰਦਰ ਹਜੇ ਫਿਰ ਲਾਏ ਲੂਏ ਉਵੇਂ ਦਾ ਬਣਾਉਣਾ ਸ਼ੁਰੂ ਨਹੀਂ ਕੀਤਾ ਜੀ? ਹਾਂ, ਲੇਵਾ ਚੰਗਾ ਬਣਾਇਆ, ਥੋੜਾ ਹਾਥੀ ਚੜਨ ਉਤਰਨ ਨਾਲ ਘਰ ਦਾ ਹੀ ਪੱਠੇ ਟੱਕੇ ਨਹੀਂ ਚੱਕਣ ਲੱਗੀਆਂ। ਅੱਛਾ, ਜੀਜੂ ਲਾਇਆ ਨਹੀਂ ਗਾ। ਠੀਕ ਆ, ਜੇ ਡੰਗ ਕਰਿਆ ਫਿਰ ਉੱਤਰ ਆਉਣੇ ਨੇ। ਠੀਕ ਆ ਜੀ, ਠੀਕ ਆ, ਪੂਰੇ ਖੁੱਲੇ ਬਾਡੀ ਦੀ ਆ। ਮੈਂ ਅੱਗੇ ਆਖਣ ਡਿਆ ਵੀ ਜਿੱਡਾ ਕੁ ਹਵਾਨਾ ਨਾ, ਵੀ ਜਾਂ ਤਾਂ ਪੂਰਾ ਭਰਿਆ, ਮਤਲਬ ਕਿ ਲਾਏ ਨੀ ਹਜੇ, ਘੱਟ ਪਈ ਆ ਕਹੀਏ। ਲੇਵਾ ਦੇ ਤਾਂ ਉਹ ਕਹਿੰਦੇ ਪਰਾਲੀ ਸਿੱਟਣੀ ਪੈਣੀ ਥੱਲੇ ਦੇ, ਲੇਵਾ ਇਹਨੇ ਇੰਨਾ ਕੱਢਣਾ ਚੱਪ ਬੈਠਾ। ਅੱਛਾ ਜੀ, ਖੁੱਲੀ ਗਾਡੀ ਦੀ ਆ। ਠੀਕ ਆ, ਬਾਕੀ ਆ 7 ਮਈ ਨੂੰ ਦਿਨ ਪੂਰੇ ਆ। ਹਾਂ, 7। ਠੀਕ ਆ, ਅੱਜ 2 ਤਰੀਕ ਆ ਦੋਸਤੋ, ਖੁੱਲ੍ਹ ਕੇ ਪਈ ਮਨਜਿੰਦਰ, ਅਤੇ ਆਹ ਵੇਖੋ ਜੀ। ਠੀਕ ਆ, ਅਤੇ ਵੱਡੇ ਪੱਲੇ ਦੀ ਮੈਂ ਆ ਦੋਸਤੋ। ਠੀਕ ਆ, ਸੂਏ ਤੁਸੀਂ 5ਵੇਂ ਮੰਨ ਲਓ, 4ਵੇਂ 6ਵੇਂ ਮੰਨ ਲਓ, ਠੀਕ ਆ, ਹਰ ਇੱਕ ਦੀ ਆਪੋ ਆਪਣੀ ਸਮਝ ਆ। ਅਤੇ ਆਹ ਦੇਖੋ, ਕੱਦ ਕਾਠੀ ਵੀ ਜਿਹੜਾ ਦੋਸਤੋ ਉੱਚਾ ਹੈ। ਠੀਕ ਆ, ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਹੋ, ਵੱਡੀਆਂ ਮੱਝਾਂ ਦੇ ਵਿੱਚ ਇਹ ਜਿਹੜੀ ਦੋਸਤੋ ਹੁੰਦੀ ਹੈ। ਠੀਕ ਆ, ਅਤੇ ਆਹ ਜਿਹੜਾ ਥਣਦੇ ਵਾ, ਅੱਗੇ ਜਿਹੜਾ ਵੀਰ ਸੌਦਾ ਕਰੂਗਾ, ਤੁਸੀਂ ਬੇਸ਼ੱਕ ਸੂਨ ਤੱਕ ਵੀ ਜਿਹੜਾ ਦੋਸਤੋ ਸਾਈ ਬਿਆਨ ਕਰ ਸਕਦੇ ਹੋ। ਜੇਕਰ ਤੁਸੀਂ ਅੱਜ ਲੈ ਕੇ ਜਾਣੀ ਆ, ਉਹ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ, ਆਪਦੀ ਤਿੱਪ ਕੇ ਚੌਂ ਥਣਾਂ ਦੇ ਵਿੱਚੋਂ ਤਸੱਲੀ ਕਰਕੇ ਘਰੋਂ ਲੈ ਕੇ ਜਾ ਸਕਦੇ ਹੋ। ਠੀਕ ਆ, ਹੋਰ ਛਿੱਟੇ ਭਾਰ ਦੀ ਫੁੱਲ ਗਾਰੰਟੀ ਹੋ ਗਈ ਆਪਣੀ, ਸੂਨ ਤਿੱਕਰ ਵੀ, ਕਿਉਂਕਿ ਸਵਾਕਲ ਮੱਝ ਹੈ ਜਿਹੜਾ ਪਹਿਲਾਂ ਦੂਜੇ ਸੋ ਝੂਟੀ ਰੰਗ ਵਿਖਾ ਦੂਏ। ਬਿਲਕੁਲ, ਹਾਂਜੀ। ਤੇ ਮਨਜਿੰਦਰ ਵੀਰ ਕਿੰਨੇ ਦੀ ਲੈ ਦੇ, ਕੀ ਕਿੱਥੋਂ ਤੱਕ ਦੇ ਦਿੰਦਾ? ਜਿਹਦਾ ਸੂਫੀ ਹੋ ਸਕਦਾ 80-82 ਵੀ ਜਾਵੜੇ ਜੀ, 85 ਨੂੰ ਵੀ ਜਾਵੜੇ, ਪਰ ਹੁਣ ਆਪਾਂ ਜਾਇਜ਼ਾ 75,000 ਹੀ ਦੇ ਦਾਂਗੇ। 75, ਬਾਕੀ ਫਿਰ ਵੀ ਕੋਈ ਨਹੀਂ, ਮਾਨ ਨਾਲ ਫੁੱਲ ਕਰ ਲਾਂਗੇ। ਠੀਕ ਆ ਜੀ, ਜੇ ਕੋਈ ਉਹੋ ਜਿਹੀ ਨਿਰਤ ਛਾੜਾ ਹੁੰਦੀ
ਹੁਣ ਤਾਂ ਘਾਟੂ ਮਾਲ ਚ ਕਦੋਂ ਜੀ ਆਵੜ ਨੀ ਸੀਗੀ, ਕਿਸੇ ਨੇ ਇੰਨੇ ਸਮੇਂ ਘਰ ਸਵਾਉਣੀ ਨੀ ਸੀਗੀ, ਠੀਕ ਹੈ, ਫੁੱਲ ਗਰੰਟੀ ਹੈ ਜੀ, ਲਓ ਬਈ, ਠੀਕ ਹੈ। ਅਤੇ ਆਹ ਇੱਕ ਵਾਰੀ ਵੇਖੋ ਥਾਣੇ, ਹੁਣ ਆਹ ਦੇਖੋ ਜੀ, ਠੀਕ ਹੈ ਜੀ, ਅਤੇ 75,000 ਜਿਹੜੀ ਦੋਸਤੋ ਡਿਮਾਂਡ ਆ, 75,000 ਮੁੱਲ ਆ, ਠੀਕ ਆ। ਅਤੇ ਬਾਕੀ ਕੋਈ ਗੁੰਜਾਇਸ਼ ਹੋ ਤਾਂ ਮੌਕੇ ਦਾ ਹੁੰਦਾ ਮਾਣ ਤਾਣ, ਉਹ ਤੁਸੀਂ ਇੱਕ ਵਾਰੀ ਪਹਿਲਾਂ ਵੇਖ ਲਓ ਅੱਖੀ ਆ ਕੇ, ਪਸੰਦ ਆਊਗੀ, ਠੀਕ ਆ। ਜਿਹੜੇ ਵੀਰ ਨੇ ਅੱਗੇ ਅੱਗੇ ਬੱਚੇ ਵੀ ਲੈਣੇ ਹੈਗੇ ਜਾਂ ਬਰੀਡ 'ਤੇ ਵੀ ਕੋਈ ਤੁਸੀਂ ਕੰਮ ਕਰਨਾ, ਅਤੇ ਇੰਨੀ ਮਿਲਕ ਲਾਈਨ ਵਾਲੀ ਮੱਝ ਦੇ ਵਿੱਚੋਂ ਕੋਈ ਆਪਾਂ ਬੱਚੇ ਵੀ ਲੈ ਸਕਦੇ ਹਾਂ, ਬਾਕੀ ਵੀਰਾਂ ਦਾ ਵੀ ਕੱਟੀਆਂ ਪਾਉਂਦੀ ਆ, ਇਹ ਤੁਸੀਂ ਬਿਲਕੁਲ ਅੱਖੀ ਆ ਕੇ ਘਰ ਵੇਖ ਲਿਓ। ਇਸ ਤੋਂ ਬਾਅਦ ਮਨਜਿੰਦਰ ਅਗਲੇ ਬੰਨੇ ਆ ਜਾ ਵੀਰ। ਆਹ ਦੋਸਤੋ ਤੀਜੇ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ, ਇਹਦੀ ਇਨਫੋਰਮੇਸ਼ਨ ਲੈਣੀ, ਇਹ ਵੀ ਸੂਈ ਵਾਲੀ ਅਜੇ ਨਹੀਂ, ਸੂਈ ਵੀ ਹੈ ਜੀ, ਇਹ ਸੂਈ 2 ਮਹੀਨੇ ਦੀ ਸੂਈ ਵੀ ਹੈ ਲਗਭਗ। ਅੱਛਾ, ਠੀਕ ਆ, 2 ਮਹੀਨੇ ਤੋਂ ਅੰਦਰ ਵੀ ਹੋ ਸਕਦਾ ਸਮਾਂ, 2 ਮਹੀਨੇ ਤੋਂ ਬਾਅਦ ਵੀ ਹੋ ਸਕਦਾ। ਹਾਂ, ਕੱਟਾਂ ਮਗਰ ਆ ਬੱਚੇ 'ਤੇ ਮਿਲਦੀ ਆ, ਇਹ ਜਿਵੇਂ ਕਹਿੰਦੇ ਪਿਓਰ ਮੁਲੈਣ ਆ, ਪਹਿਲਾਂ ਵੀ ਮੰਨ ਲਈਏ, ਦੂਜਾ ਸੁਬਹ ਵੀ ਮੰਨ ਲਈਏ, 9 ਕਿਲੋ ਦੁੱਧ ਆ, 9.5 ਕਿਲੋ ਦੁੱਧ, 10 ਕਿਲੋ ਥੋੜ੍ਹਾ ਘਰ ਦਾ ਕਾਕੀ ਆ, ਅਤੇ ਠੰਡੀ ਮਿੱਠੀ ਦਾ ਰੱਜ ਕੇ ਦੇਖੋ ਤੁਸੀਂ, ਲਓ ਜੀ, ਆਹ ਦੇਖੋ ਭਰਾਵੋ, ਠੀਕ ਆ, ਧਾਰ ਮਾਰੋ ਜੀ, ਆਹ ਦੇਖੋ 2 ਮਹੀਨੇ ਦਾ ਸਮਾਂ ਹੋ ਗਿਆ, ਅਤੇ ਧਾਰ ਵੇਖੋ ਜਾਂਦੀ, ਵੇਖੋ ਵੀ ਦੂਜੇ ਅਮਰਜਿੰਦਰ ਬਈ, ਇੱਥੋਂ ਤਲਵੰਡੀ ਪਾਈ ਜਾਂਦੀ ਧਾਰ, ਹੈ ਨਾ, ਸਿੱਧੀ, ਮੈਂ ਕਹਿੰਦਾ ਨੈਸਲੇ ਡੈਰੀ ਦੀ ਜਾਂਦੀ ਹੈ ਜੀ। ਹਾਂ, ਨੈਸਲੇ ਡੈਰੀ, ਦੂਜਾ ਨੰਬਰ ਗੱਲ ਇਹ ਆ, 12 ਫੈਣ ਆਈ ਹੈ, ਗਾਂ ਦਾ ਦੁੱਧ ਲਾ ਕੇ ਦੱਸ ਲਿਆ ਉਹਨੇ, 10 ਫੈਣ ਕਰਵਾਈ ਪੂਰੀ, ਅਤੇ ਜੇ ਕੋਈ ਆਪਾਂ ਨੂੰ 9 ਵੀ ਫੈਣ ਕਰ ਦਿਓ, ਮੈਂ ਝੋਟੀ ਫਰੀ ਦੇ ਦਾਂਗੇ, ਇੰਨੀ ਗਰੰਟੀ, ਦੁੱਧ ਵਾਲੀ ਕਾਪੀ ਪਈ ਆ, ਅਸੀਂ ਪਰਸੋਂ ਹੀ ਆਈਏ ਝੋਟੀ, ਠੀਕ ਆ, ਕਾਗਜ਼ 'ਤੇ ਲਿਖਾ ਕੇ ਦੇਵਾਂਗੇ, 9-9 ਫੈਣ, ਠੀਕ ਆ, ਬਾਹਰ ਆਊਗੀ ਜੀ। ਅਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਆਪਾਂ? ਹੁਣ ਦੁੱਧ 9:30 ਹੋਊਗਾ, 9 ਮੰਨੋ ਜੀ, ਦੋਸਤੋ 9 ਕਿਲੋ ਦੁੱਧ ਜਿਹੜਾ ਇਸ ਝੋਟੀ ਦੇ ਕੋਲ ਆ, ਤੇ ਸਮਾਂ ਜਿਹੜਾ 2 ਮਹੀਨੇ ਦਾ ਤਕਰੀਬਨ ਤੁਸੀਂ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ। ਮੇਲ ਕਾਫ ਆ ਥੱਲੇ, ਤੇ ਝੋਟੀ ਤੁਸੀਂ ਆਹ ਵੇਖ ਸਕਦੇ, ਪੂਰੀ ਸ਼ਾਹੀ ਆ, ਕਾਲੇ ਰੰਗ ਦੀ ਝੋਟੀ ਆ, ਠੀਕ ਆ, ਰੰਗ ਵੀ ਇੱਕੋ ਹੀ ਆ, ਬਸ ਕੋਈ ਪੂਛ 'ਤੇ ਥੋੜ੍ਹੇ ਬਾਦੇ ਵਾਲ ਵਾਈਟ ਹੋਣ 'ਤੇ ਹੋਣ, ਅਤੇ ਬਾਕੀ ਇੱਕੋ ਰੰਗ ਆ, ਬਾਕੀ ਖੋਲ੍ਹ ਕੇ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਬੋਡੀ ਬਣਤਰ ਜੇਕਰ ਵੇਖੀਏ ਤਾਂ ਕੱਦ ਕਾਠੀ ਸੋਹਣਾ, ਆਹ ਬੇਲ ਬੂਲ ਵੀ ਚੰਗੀ ਆ, ਵੇਖੋ ਉਚਾਈ, ਠੀਕ ਆ, ਲਓ ਵੀ ਮੇਰੀ ਫਰਿੱਜ ਹੀ ਆ ਜੀ, ਆਹ ਦੇਖੋ, ਠੀਕ ਆ, ਅਤੇ ਬਿਲਕੁਲ ਠੰਡੀ ਸੀਲ 'ਚ ਲੱਗਾ ਦੋਸਤੋ, ਜਿੱਥੇ ਮਰਜ਼ੀ ਆ ਵੇਖ ਸਕਦੇ ਹੋ ਤੁਸੀਂ, ਠੀਕ ਆ, ਉੱਥੇ ਜਿੱਥੇ ਮਰਜ਼ੀ ਥਾਪੀ ਦੇ ਕੇ ਆਪਾਂ ਬਹਿ ਕੇ ਚਵਾਈ ਕਰ ਸਕਦੇ ਹੋ ਜੋ ਪਸ਼ੂ ਦੀ, ਬਾਕੀ ਤੁਸੀਂ ਘਰ ਵਿਜਿਟ ਕਰਕੇ ਆਪ ਤਸੱਲੀ ਵੀ ਕਰ ਲੈਣੀ, ਅੱਖੀ ਵੇਖ ਲਿਓ। ਠੀਕ ਆ ਭਾਈ ਮਨਜਿੰਦਰ ਸਿੰਘ, ਕਿੰਨੀ ਕਹਿੰਦੀ ਡਿਮਾਂਡ ਵੀਰੇ? ਮੁੱਲ ਇਹਦਾ 70 ਆ ਜੀ, ਦੇ ਦਾਂਗੇ 63,000 ਰੁਪਈਏ ਦੀ, 63 ਦੀ, ਹਾਂ, ਇਹ 'ਚ ਮਾਣ ਤਾਂ ਹੋ ਜ਼ਿਆਦਾ ਨਹੀਂ ਹੋਣਾ, ਜਿਵੇਂ ਕਹਿ ਕੇ ਜਿਵੇਂ ਬੱਚਾ ਮਰਿਆ ਵਾ, ਤਾਜ਼ੀ ਸੂਈ ਹੈ ਨਾ, ਗਲਤ ਕੰਮ ਨਹੀਂ, ਉਹ ਖੜਿਆ ਬੱਚੇ ਤੋਂ ਮੈਂ ਇੱਕ ਮਿੰਟ ਨਹੀਂ ਸਾਹ ਲੈਣਾ, ਬੱਚਾ ਕੱਟਾਂ ਮਗਰ ਆ, ਕੱਟੀ ਦੀ ਮਿਲਦੀ ਆ, ਬੱਚਾ ਦਿਖਾ ਦਿੰਦੇ ਹਾਂ, ਆ ਪਹਿਲੇ ਨੰਬਰ 'ਤੇ ਖੜਾ ਜਿਹੜਾ, ਹਾਂਜੀ, ਆਹ ਪਹਿਲੇ ਨੰਬਰ 'ਤੇ ਆਹ ਕੱਟਾ ਹੈ ਜੀ, ਠੀਕ ਆ, ਅਤੇ ਕੱਟੇ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਖੜਦੀ, ਆਹ ਦੇਖੋ ਜੀ, ਠੀਕ ਆ, ਇਹ ਬੱਚਾ ਹੈਗਾ,
ਮੇਲ ਕਾਫ ਆ, ਕੱਟਾ ਇਹਦੇ ਥੱਲੇ, ਅਤੇ 63,000 ਦੀ ਹੁੰਦੀ ਹੈ ਜੀ, 63,000 ਦੀ ਮੁੱਲ 70 ਆ, ਠੀਕ ਆ, 63,000 ਦੀ ਹਾਨ ਆ। ਲਓ ਵੀ ਭਰਾ ਬੁੱਕ ਕਰੋ ਚੈੱਕ, ਠੀਕ ਆ, ਆਹ ਥਾਂ ਲੇਵਾ ਜੀ। ਇਸ ਤੋਂ ਬਾਅਦ ਭਾਈ ਮਨਜਿੰਦਰ ਵੀਰੇ ਇੱਕ ਹੋਰ ਪਸ਼ੂ ਸੀ ਕਿਹੜਾ ਵਹਿਣ, ਇੱਕ ਗਾਂ ਦੋਸਤੋ ਆਪਾਂ ਤੁਹਾਨੂੰ ਲਾਸਟ 'ਤੇ ਦਿਖਾਉਣ ਲੱਗੇ ਹਾਂ, ਅਤੇ ਇਹ ਮਤਲਬ ਕਿ ਸੂਣ ਵਾਲੀ ਅੱਗੇ। ਹਾਂਜੀ, ਇਹ ਗੱਭਣਾ ਤਿਆਰ ਹੈ, ਇੱਕ ਦੋ ਦਿਨ ਕੱਢੂਗੇ ਜੀ, ਦੋ ਦਿਨ ਵੀ ਲੈ ਸਕਦੀ ਹੈ, ਤਿੰਨ ਵੀ ਲੈ ਸਕਦੀ ਆ, ਅਤੇ ਅੱਜ ਵੀ ਸੁ ਸਕਦੀ ਆ, ਠੀਕ ਹੈ ਜੀ। ਪੰਜਾਬ ਵਾਲੀ ਜਰਸੀ ਹੈ ਜੀ ਕਾਲੀ, ਥੋੜ੍ਹੀ ਕਰੋਸ ਪੰਜ ਆ, ਕਰੋਸ 'ਚ ਵੈਸੇ ਜਰਸੀ ਵਾਲੀ ਨਿਕਲਦੀ ਜੀ। ਹਾਂ, ਆਹ ਦੇਖੋ ਜੀ, ਠੀਕ ਆ, ਜਰਸੀ ਦਾ ਪੱਖ ਵੀ ਹੈਗਾ, ਅਤੇ ਆਹ ਤੁਸੀਂ ਵੇਖੋ ਥਣ ਲੇਵਾ, ਠੀਕ ਹੈ ਜੀ, ਆਹ ਥਣ ਲੇਵਾ ਦੇਖ ਸਕਦੇ ਹੋ। ਲਓ ਜੀ, ਤੇ ਸੂਆ ਵੀਰ ਮਨਜਿੰਦਰ ਕਿਵੇਂ, ਦੂਜਾ ਦੂਜਾ ਸੂਆ ਜੀ, ਦੂਜਾ ਨੇ, ਹਾਂ ਦੂਜਾ ਨੂੰ ਸੂਆ, ਤੇ ਦੁੱਧ ਹੀ ਆਪਾਂ ਕਹੋਗੇ ਇਹ ਲਿਆਂਦੀ ਆ, ਬੰਦੇ ਨੇ ਸਹੀ ਦੱਸਿਆ ਨੀਗਾ, ਗਾਉਣ ਵੀ ਲਿਆਂਦੀ ਸੀਗੀ, ਦੁੱਧ 15 ਵੀ ਪਾ ਸਕਦੀ ਆ, 16 ਵੀ ਪਾ ਸਕਦੀ ਆ, 20 ਵੀ ਪਾ ਸਕਦੀ ਆ, ਤੇ ਆਪਾਂ ਨੂੰ ਪਾਈਆ ਦੀ ਗਰੰਟੀ ਨਹੀਂ, ਕਿਉਂਕਿ ਅਸੀਂ ਚੀਪੇ ਜਾਂ ਨਹੀਂ ਟਿਪਕੇ ਲਿਆਂਦੀ, ਟਿੱਪਣ ਟੁੱਪਣ ਭੂਰ ਸਿੱਟੇ ਭਾਰ ਥਾਲੇ ਜੀ, ਆਪਣੀ ਗਰੰਟੀ ਹੋਊਗੀ, ਆਨਲਾਈਨ ਮੰਗਾਊਗਾ, ਤੇ ਜੇ ਕੋਈ ਚ ਪਾਸ ਕਰਕੇ ਜਾਊਗਾ ਫਿਰ ਉਹਦੀ ਜ਼ਿੰਮੇਵਾਰੀ, ਟਿੱਪਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ, ਫੁੱਲ ਗਰੰਟੀ ਜੀ, ਫੁੱਲ ਬੜਾ ਫੁੱਲ, ਠੀਕ ਆ। ਬਾਕੀ ਆਹ ਜਿਹੜਾ ਦੋਸਤੋ ਫੇਸ ਕੁਆਲਿਟੀ ਹੈ, ਠੀਕ ਆ, ਅਤੇ ਸੂਆ ਦੂਜਾ ਤਾਂ ਦਿਨ ਲੈ ਜਾਂਦੀ ਹੈ ਜੀ, ਠੀਕ ਆ, ਹੋ ਸਕਦਾ ਵੀ ਕੋਈ ਦੋ ਤਿੰਨ ਦਿਨ ਲੈ ਜਾਏ ਜਾਂ 4 ਦਿਨ ਲੈ ਜੇ, ਠੀਕ ਆ, ਇੱਥੇ ਕਿ ਜਿਹੜਾ ਸਮਾਂ ਲੈ ਜੂਗੀ, ਅਤੇ ਖੋਲ ਇਹਨੂੰ ਵੀਰ ਮਨਜਿੰਦਰ ਦਿਖਾ ਦੀ ਜਰਸੀ ਪੱਖ ਜਿਹੜਾ ਦੋਸਤੋ ਇਸ ਵੱਛੀ ਦੇ ਵਿੱਚ ਹੈਗਾ, ਠੀਕ ਆ, ਅਤੇ ਆਹ ਥਣਲੇਵਾ ਦੇਖੋ, ਆਹ ਜਿਹੜਾ ਬੈਕ ਸਾਈਡ ਤੋਂ ਤੁਸੀਂ ਥਣਲੇਵਾ ਵੇਖ ਸਕਦੇ ਹੋ, ਕਿਉਂਕਿ ਪ੍ਰਭੂ ਵੱਛੀ ਵੀ ਇਹ ਚੰਗੀ ਹੈ ਵੀਰ ਦੇ ਕੋਲ, ਬਿਲਕੁਲ ਕਿ ਤਿਆਰੀ ਦੇ ਵਿੱਚ ਆ, ਜੇਕਰ ਕਿਸੇ ਵੀਰ ਨੇ ਖਰੀਦਣੀ ਆ ਤਾਂ ਤੁਸੀਂ ਜਿਹੜਾ ਸੌਦਾ ਮਾਰ ਸਕਦੇ ਹੋ। ਆਹ ਦੇਖੋ, ਠੀਕ ਆ ਭਾਈ ਮਨਜਿੰਦਰ, ਇਹ ਤਾਂ ਫਿਰ ਕਿੰਨਾ ਕੁ ਡਿਮਾਂਡ ਡਮੂੰਡ ਕਰਤੀ ਹੈ, ਮੁੱਲ 55 ਦੇ ਦਾਂਗੇ 53 ਦੀ ਜੀ। ਹਾਂ, ਕਿਉਂਕਿ ਹੁਣ ਗਾਂ ਥੋੜ੍ਹੀ, ਊਂ ਵੈਸੇ ਵੀ ਘੱਟ ਲਿਆ ਕਰਨੀ ਗਾਂ ਦੇ ਵਿੱਚ ਨਾ, ਲਹੂ ਲਹੂ ਮੂਤਾਂ ਦੀ ਸ਼ਿਕਾਇਤ ਬਹੁਤ ਹੁੰਦੀ ਆ, ਆ ਕੱਲ੍ਹ ਦੇ ਵਿੱਚ ਰਿਜ਼ਲਟ ਦੇ ਵਿੱਚ ਮੈਨੂੰ 2-3 ਆ ਗਈਆਂ ਸੁਣਨ 'ਚ, ਇੱਕ ਤਾਂ ਵਿਚਾਰੀ ਮਰ ਗਈ ਆ, ਇੱਕ ਹੀ ਪਈ ਆ, ਗਾਂ ਹੋਊਗਾ ਗਰਮੀ ਦੇ ਵਿੱਚ ਪਤਾ ਨਹੀਂ ਕੋਈ, ਇਹ ਤਾਂ ਦੋ ਗਰਾਂ ਗਾ, ਇਹਨੂੰ ਕੁਛ ਨਹੀਂ ਹੁੰਦਾ ਗਾ।
ਚਲੋ ਕਰੋਸਿੰਗ ਦੇ ਵਿੱਚ। ਬਾਕੀ ਫਿਲਹਾਲ ਦੋਸਤੋ ਕੋਈ ਸਮੱਸਿਆ ਕਿਸੇ ਤਰ੍ਹਾਂ ਦੀ ਪਸ਼ੂਆਂ ਦੇ ਵਿੱਚ ਤੁਸੀਂ ਨਹੀਂ ਹੈਗੀ ਗੀ, ਬਾਕੀ ਆਪਦੀ ਵਿਜਿਟ ਕਰਕੇ ਤਸੱਲੀ ਕਰ ਲਿਓ। ਅਤੇ 52 ਦੀ ਹਾਂ ਨਾ ਦੱਸੀ ਜੀ? 53 ਦੀ, 53 ਦੀ ਡਿਮਾਂਡ 55, ਠੀਕ ਹੈ। 53 ਦੇ ਵਿੱਚ ਜਿਹੜੀ ਦੋਸਤੋ ਇਹ ਸੇਲ ਕੀਤੀ ਜਾਊਗੀ, ਠੀਕ ਹੈ। ਬਾਕੀ ਨੰਬਰ ਵੀਰ ਆਪਣੇ ਮਨਜਿੰਦਰ ਸਿੰਘ ਜ਼ਰੂਰ ਦੇ ਦਿਓ, 98-143 ਜੀ 40-43, 9814340403। ਠੀਕ ਹੈ ਭਰਾ ਜੀ। ਹਾਂ ਭਾਈ, ਇੱਕ ਨਾ ਬੇਨਤੀ ਹੈ ਭਾਈ, ਫੋਨ ਲਾਇਓ ਉਹ ਜਿਹਨੇ ਪਸ਼ੂ ਲੈਣਾ, ਟਾਈਮ ਪਾਸ ਨਹੀਂ ਰੈਕ ਕਰ ਲਗੇ, ਪਹਿਲਾਂ ਸਾਰੇ ਵੀਡੀਓ ਦੇਖ ਲਿਆ ਕਰੋ ਰੀਜਨਾ, ਵਾਲੀ ਗੱਲ ਮੈਥੋਂ ਹੋਰ ਵੀਡੀਓ ਮੰਗਾ ਲਿਆ ਕਰੋ ਵਟਸਐਪ 'ਤੇ ਪਰਸਨਲ। ਲਓ ਵੀ ਦੋਸਤੋ, ਇਹ ਵੀਰ ਮਨਜਿੰਦਰ ਸਿੰਘ ਸੀਗਾ, ਠੀਕ ਆ, ਪਿੰਡ ਚੋਟੀਆਂ, ਤਹਿਸੀਲ ਅਤੇ ਜ਼ਿਲ੍ਹਾ ਸ਼੍ਰੀ ਆਪਣਾ ਸੋਰੀ ਮੋਗਾ ਜੀ, ਠੀਕ ਆ। ਅਤੇ ਖਾਸ ਵਿਜਿਟ ਤੁਸੀਂ ਕਰਨੀ ਆ ਪਿੰਡ ਚੋਟੀਆਂ ਕਲਾਂ ਦੇ ਵਿੱਚ, ਬਿਲਕੁਲ ਨੇੜੇ ਤਲਵੰਡੀ ਭਾਈ ਆ, ਅਤੇ ਘਰ ਵਿਜਿਟ ਕਰਕੇ ਜਿਹੜੇ ਪਸ਼ੂ ਦਿਖਾਏ ਆ ਉਹਨਾਂ ਦੀ ਨਿਰਖ ਪਰਖਾ ਤਸੱਲੀ ਕਰ ਸਕਦੇ ਹੋ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।